ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਖਾਸ ਜਾਣਕਾਰੀ ਸ਼ੇਅਰ ਕਰਨ ਲਈ ਸਾਡੇ ਕੋਲ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਰਜਿੰਦਰ ਕੌਰ ਜੀ, ਜਿਹੜੇ ਕਿ ਫਾਊਂਡਿੰਗ ਮੈਂਬਰ ਨੇ ਪ੍ਰਭ ਆਸਰਾ ਟਰੱਸਟ ਦੇ। ਪ੍ਰਭ ਆਸਰਾ ਉਹ ਸੰਸਥਾ ਹੈ ਜਿਹੜੀ ਕਿ ਬਹੁਤ ਸਾਰੇ ਡੈਸਟੀਟਿਊਟਸ ਔਰਫਨਸ ਦੀ ਮਦਦ ਕਰ ਰਹੀ ਹੈ ਪੰਜਾਬ ਦੇ ਵਿੱਚ, ਅਤੇ ਕੈਨੇਡਾ ਵਿੱਚ ਵੀ ਇਹਨਾਂ ਦਾ ਆਫਿਸ ਹੈਗਾ ਜਿਹੜਾ ਕਿ ਲੋਕਾਂ ਨੂੰ ਦੱਸਦਾ ਕਿ ਕਿਸ ਤਰੀਕੇ ਨਾਲ ਅਸੀਂ ਵੀ ਇਸ ਨੇਕ ਕੰਮ ਵਿੱਚ ਆਪਣਾ ਹਿੱਸਾ ਪਾ ਸਕਦੇ ਹਾਂ। ਸੋ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ ਰਜਿੰਦਰ ਕੌਰ ਜੀ ਨਾਲ ਅਤੇ ਜਾਣਕਾਰੀ ਲੈਂਦੇ ਹਾਂ। ਜੀ ਹਨੂੰ ਭੈਣ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਭੈਣ ਜੀ, ਪ੍ਰਭ ਆਸਰਾ ਟਰੱਸਟ ਜਿਹੜਾ ਤੁਸੀਂ ਕਾਇਮ ਕੀਤਾ, ਪਹਿਲਾਂ ਤਾਂ ਪ੍ਰਭ ਆਸਰਾ ਇਹ ਜਿਹੜਾ ਨਾਂ ਅਤੇ ਕਿਸ ਤਰ੍ਹਾਂ ਕਨਸੀਵ ਕੀਤਾ ਤੁਸੀਂ ਕਿ ਇਹਦੀ ਲੋੜ ਹੈਗੀ ਹੈ ਪੰਜਾਬ ਦੇ ਵਿੱਚ, ਕਦੋਂ ਸ਼ੁਰੂ ਹੋਇਆ ਅਤੇ ਕੀ ਕੁਝ ਇੱਥੇ ਹੁੰਦਾ ਜੀ? ਪ੍ਰਭ ਆਸਰਾ ਇਹ ਪਰਮਾਤਮਾ ਦਾ ਹੀ ਆਸਰਾ ਸਾਰਿਆਂ ਨੂੰ, ਸਾਨੂੰ ਸਭ ਨੂੰ। ਇੱਕ ਪਿਤਾ ਇੱਕਸ ਕੇ ਹਮਬਾਰਕ ਤੂੰ ਮੇਰਾ ਗੁਰਾਈ, ਜਿੱਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੇ ਨਾਹੀਂ। ਅਤੇ ਜਦੋਂ ਇਸੇ ਕੰਸੈਪਟ ਨੂੰ ਇਸੇ ਗੁਰਬਾਣੀ ਦੇ ਆਧਾਰ 'ਤੇ ਜਦੋਂ ਵਿਚਾਰਦੇ ਸੀ ਅਤੇ ਇੱਦਾਂ ਦੇ ਸੜਕਾਂ 'ਤੇ ਰੁਲਦੇ ਲਾਚਾਰ ਨਿਆਸਰੇ ਦੇਖਦੇ ਸੀ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ ਸੀਗਾ ਕਿ ਕੀ ਕਾਰਨ ਹੈ ਕਿ ਵੀ ਅਸੀਂ ਆਪਣੇ ਸਿਰਫ 3 ਜੀਆਂ ਲਈ ਅਸੀਂ ਕੰਮ ਕਰ ਰਹੇ ਹੈਗੇ ਹਾਂ, ਅਤੇ ਇਹ ਵੀ ਸਾਡੇ ਆਪਣੇ ਭਾਈਵਾਲ ਹੈਗੇ ਹਾਂ, ਆਪਣੇ ਫੈਮਿਲੀ ਮੈਂਬਰ ਹੈਗੇ ਹਾਂ ਜਦੋਂ ਅਸੀਂ ਪਿਤਾ ਦੀ ਔਲਾਦ ਕਹਿੰਦੇ ਹਾਂ, ਅਤੇ ਇਹਨਾਂ ਵਾਸਤੇ ਅਸੀਂ ਕਿਉਂ ਨਹੀਂ ਐਫਰਟ ਕਰਦੇ? ਉਹ ਜਦੋਂ ਕੋਸ਼ਿਸ਼ ਕੀਤੀ, ਫਿਰ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਤੱਕ ਪਹੁੰਚ ਕੀਤੀ, ਫਿਰ ਗੁਰਦੁਆਰਾ ਸਾਹਿਬਾਨਾਂ ਤੱਕ ਵੀ ਪਹੁੰਚ ਕੀਤੀ, ਕਿਸੇ ਤਰ੍ਹਾਂ ਇਹਨਾਂ ਨੂੰ ਕੋਈ ਆਸਰਾ ਮਿਲੇ ਜਿੱਥੇ ਇਹ ਰਹਿ ਕੇ ਰੀਹੈਬਲੀਟੇਟ ਹੋ ਸਕਣ, ਫਿਰ ਤੋਂ ਆਪਣਿਆਂ ਨਾਲ ਜਾ ਮਿਲਣ ਜਾਂ ਫਿਰ ਤੋਂ ਆਪਣੀ ਨੋਰਮਲ ਜ਼ਿੰਦਗੀ ਜੀ ਸਕਣ। ਬਟ ਸਾਨੂੰ ਕੋਈ ਵੀ ਟੁਕਵਾਂ ਨਾ ਤਾਂ ਹੁੰਗਾਰਾ ਹੀ ਮਿਲਿਆ ਸਰਕਾਰੀ ਅਦਾਰਿਆਂ ਜਾਂ ਨੋਨ ਗਵਰਨਮੈਂਟਲ ਔਰਗੇਨਾਈਜੇਸ਼ਨ ਵੱਲੋਂ, ਅਤੇ ਨਾ ਹੀ ਗੁਰਦੁਆਰਾ ਸਾਹਿਬਾਨਾਂ ਵਿੱਚ ਸਾਨੂੰ ਕਿਤੇ ਢੋਈ ਦਿੱਤੀ ਗਈ। ਅਸੀਂ 2 ਕਮਰੇ ਉਹਨਾਂ ਨੂੰ ਕਿਹਾ ਵੀ ਸਾਂ, ਰਿਕੁਐਸਟ ਵੀ ਕੀਤੀ, ਈਵਨ ਕਿ ਧਰਮਸ਼ਾਲਾ ਲਈ ਵੀ ਅਸੀਂ ਰਿਕੁਐਸਟ ਕੀਤੀ, ਸਾਨੂੰ ਕਿਸੇ ਨੇ ਜਗ੍ਹਾ ਵੀ ਨਹੀਂ ਪ੍ਰੋਵਾਈਡ ਕੀਤੀ। ਤਾਂ ਐਟ ਦਾ ਐਂਡ ਮਤਲਬ ਅਸੀਂ ਚਾਹੁੰਦੇ ਨਹੀਂ ਸੀ, ਲੇਕਿਨ ਪਰਮਾਤਮਾ ਨੇ ਇਹ ਕਰਵਾ ਲਿਆ ਕਿਉਂਕਿ ਇਹ ਲੋੜ ਹੀ ਇੰਨੀ ਮਹਿਸੂਸ ਕੀਤੀ ਗਈ। ਅਤੇ ਫਿਰ ਇਹ ਘਰ December 2003 2 ਕਮਰੇ ਕਿਰਾਏ 'ਤੇ ਲੈ ਕੇ ਚੰਡੀਗੜ੍ਹ ਫਿਰ ਸ਼ੁਰੂ ਹੋ ਗਏ। ਸੋ ਕੁਰਾਲੀ ਦੇ ਵਿੱਚ ਹੁਣ ਤੁਹਾਡਾ ਮੇਨ ਆਫਿਸ ਜਿਹੜਾ ਹੈਗਾ ਹੈ, ਹਾਂਜੀ, ਉਹਦੇ ਵਿੱਚ ਜਿਸਾਂ ਤੁਸੀਂ ਕਿਹਾ 2003 ਤੋਂ ਇਹ ਚੱਲ ਰਿਹਾ, ਪਰ ਅਗੇਨ ਇਸ ਕੰਮ ਦੇ ਵਿੱਚ ਬਹੁਤ ਸਾਰੀ ਸੋਚ, ਬਹੁਤ ਸਾਰੇ ਲੋਕਾਂ ਦੀ ਸਪੋਰਟ ਅਤੇ ਆਫਕੋਰਸ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਤੁਹਾਡੇ ਜਿਹੜੇ ਫਾਊਂਡਿੰਗ ਮੈਂਬਰਸ ਹੋ ਤੁਸੀਂ ਉਹਨਾਂ 'ਚੋਂ ਇੱਕ ਹੈਗੇ ਹੋ, ਤੁਹਾਡਾ ਇੰਟਰਸਟ ਇਸ ਪਾਸੇ ਕਿਵੇਂ ਬਣਿਆ? ਕਿਉਂਕਿ ਆਫਕੋਰਸ ਅਸੀਂ ਸਾਰੇ ਹੀ ਦੇਖਦੇ ਹਾਂ, ਪਰ ਆਪਣੇ ਆਪ ਨੂੰ ਸਮਰਪਣ ਕਰ ਦੇਣਾ ਇੱਕ ਕੌਜ਼ ਲਈ, ਇਹਦੇ ਪਿੱਛੇ ਕੀ ਕੋਈ ਕਾਰਨ ਸੀ ਜਾਂ ਤੁਸੀਂ ਕਿਸ ਤਰ੍ਹਾਂ ਪ੍ਰਭਾਵਿਤ ਹੋਏ? ਗੁਰਬਾਣੀ ਤਾਂ ਆਧਾਰ ਬਚਪਨ ਤੋਂ ਹੀ ਬਣਿਆ ਜੀ। ਮਾਤਾ ਪਿਤਾ ਵੱਲੋਂ ਕਾਫੀ ਜ਼ਿਆਦਾ ਸਾਨੂੰ ਗੁਰਬਾਣੀ ਨਾਲ ਜੋੜਿਆ ਗਿਆ, ਸੇਵਾ ਵੱਲ ਪ੍ਰੇਰਿਆ ਗਿਆ, ਦਸਵੰਧ ਵੱਲ ਪ੍ਰੇਰਿਆ ਗਿਆ, ਈਵਨ ਕਿ ਉਦੋਂ ਵੀ ਸਾਨੂੰ ਸੇਵਾ ਵਾਸਤੇ ਲੈ ਕੇ ਜਾਂਦੇ ਸੀਗੇ। ਅਤੇ ਆਫਟਰ ਮੈਰਿਜ ਮੇਰੇ ਹਸਬੈਂਡ, ਪਰਮਾਤਮਾ ਦੀ ਬਹੁਤ ਕਿਰਪਾ ਹੈਗੀ ਹੈ, ਹੀ ਇਜ਼ ਫਾਊਂਡਰ ਮੈਂਬਰ ਵਿਦ ਮੀ, ਐਂਡ ਉਹਨਾਂ ਦੀ ਸੋਚ ਵੀ ਬਹੁਤ ਜ਼ਿਆਦਾ ਮਿਲ ਰਹੀ ਸੀਗੀ, ਇਸ ਤਰ੍ਹਾਂ ਦੀ ਹੀ ਸੀਗੀ। ਅਤੇ ਕੁਦਰਤੀ ਸੀਗਾ ਕਿ ਜਦੋਂ ਸੋਚਾਂ ਮਿਲਦੀਆਂ ਹੈਗੀਆਂ ਤਾਂ ਫਿਰ ਕੋਈ ਨਾ ਕੋਈ ਕਾਰਵਾਂ ਸ਼ੁਰੂ ਹੋ ਜਾਂਦਾ। ਅਤੇ ਫਿਰ ਹੌਲੀ ਹੌਲੀ ਕੁਛ ਫੈਮਿਲੀ ਮੈਂਬਰਸ ਜੁੜੇ ਨਾਲ, ਅਤੇ ਕੁਛ ਦੋਸਤ ਮਿੱਤਰ ਨਾਲ ਲੈ ਕੇ ਫਿਰ ਇਹ ਕਾਫਲਾ ਸ਼ੁਰੂ ਹੋ ਗਿਆ। ਅਤੇ ਬਸ ਕੋਸ਼ਿਸ਼ 'ਚ ਹੈਗੇ ਹਾਂ ਵੀ ਕਿਸ ਤਰ੍ਹਾਂ ਅਸੀਂ ਇੱਕ ਛੋਟਾ ਜਿਹਾ ਪਾਰਟ ਬਣ ਸਕਦੇ ਹਾਂ ਇਹਨਾਂ ਲਈ ਸਪੋਰਟ ਦਾ, ਕਿਉਂਕਿ ਦੁਨੀਆ ਵਿੱਚ ਜੋ ਉੱਥੇ ਪੰਜਾਬ ਦੇ ਹਾਲਾਤ ਹੈਗੇ ਆ, ਇੰਡੀਆ ਦੇ ਹਾਲਾਤ ਹੈਗੇ ਆ, ਹੁਣ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਰੇਟ ਵਧਿਆ ਹੋਇਆ ਅਤੇ ਬਹੁਤ ਜ਼ਿਆਦਾ ਸੜਕਾਂ 'ਤੇ ਰੁਲਦੇ ਦੇਖੇ ਜਾ ਸਕਦੇ ਹੈਗੇ ਆ, ਜਦਕਿ ਹਰ ਡਿਸਟ੍ਰਿਕਟ ਵਿੱਚ ਇੱਕ ਹੋਮ ਬਣਾਉਣ ਦੀ ਲੋੜ ਹੈਗੀ ਹੈ। ਸਰਕਾਰੀ ਅਦਾਰਿਆਂ ਵੱਲ ਦੇਖੀਏ ਤਾਂ ਰੈਗੂਲਰ ਉਹਨਾਂ ਵੱਲੋਂ ਸਾਡੇ ਕੋਲ ਪਹੁੰਚਾਏ ਜਾ ਰਹੇ ਹੈ, ਅਲੱਗ ਅਲੱਗ ਡਿਪਾਰਟਮੈਂਟਸ ਵੱਲੋਂ, ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ, ਚਾਈਲਡ ਵੈਲਫੇਅਰ ਕਮੇਟੀ, DC ਅਥਾਰਟੀਜ਼ ਵੱਲੋਂ, SDM ਵੱਲੋਂ, ਅਤੇ ਈਵਨ ਕਿ ਸੋਸ਼ਲ ਡਿਪਾਰਟਮੈਂਟ ਵੱਲੋਂ, ਅਤੇ ਹੋਸਪਿਟਲ ਅਥਾਰਟੀਜ਼ ਰੈਗੂਲਰ ਸਾਡੇ ਕੋਲ ਭੇਜ ਰਹੇ ਹੈਗੇ ਆ, ਕਿਉਂਕਿ ਉਹਨਾਂ ਨੂੰ ਅਨਨੋਨ ਅਤੇ ਅਨਕਲੇਮ ਕਹਿ ਕੇ ਉੱਥੇ ਇਗਨੋਰ ਕਰ ਦਿੱਤਾ ਜਾਂਦਾ ਹੈਗਾ। ਅਤੇ ਕੋਈ ਵੀ ਡਿਪਾਰਟਮੈਂਟ ਹੋਊਗਾ, ਈਵਨ ਕਿ ਕੋਰਟ ਵੀ ਆਰਡਰ ਬਣਾ ਕੇ ਸਾਡੇ ਕੋਲ ਰੈਫਰ ਕਰ ਰਹੀ ਹੈਗੀ ਆ, ਅਤੇ ਸਾਡੇ ਕੋਲ ਸਿਰਫ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਹਾਂ ਵੀ ਕਿਸੇ ਵੀ ਤਰ੍ਹਾਂ ਅਸੀਂ ਇਹਨਾਂ ਵਾਸਤੇ ਇੱਕ ਫੈਮਿਲੀ ਮੈਂਬਰ ਵਾਂਗੂ ਅਸੀਂ ਇਹਨਾਂ ਲਈ ਕੁਛ ਕਰ ਸਕੀਏ। ਸੋ ਭੈਣ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਬਹੁਤ ਸਾਰੇ ਮੁੱਦੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ, ਪਰ ਕਈ ਵਾਰ ਹੁੰਦਾ ਕਿ ਕਿਉਂਕਿ
ਜਿੰਨਾ ਦਾਇਰਾ ਹੁੰਦਾ ਉਸ ਹਿਸਾਬ ਲਈ ਬੰਦਾ ਕੰਮ ਕਰ ਸਕਦਾ। ਤੁਸੀਂ ਕੋਈ ਫੋਕਸ ਰੱਖਿਆ ਜਦੋਂ ਸ਼ੁਰੂਆਤ ਕੀਤੀ ਸੀ ਕਿ ਬੱਚਿਆਂ ਦੇ ਵੱਲ ਜਾਂ ਔਰਤਾਂ ਵੱਲ ਜਿਹੜੇ ਜਿਹਨਾਂ ਨਾਲ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਹੋ ਰਿਹਾ ਜਾਂ ਬੱਚੇ ਜਿਹਨਾਂ ਨੂੰ ਕਿ ਨਵਜੰਮ ਬੱਚਿਆਂ ਨੂੰ ਛੱਡ ਜਾਂਦੇ ਹੈਗੇ ਨੇ, ਕੁਝ ਇਸ ਤਰ੍ਹਾਂ ਦਾ ਫੋਕਸ ਸੀ ਜਾਂ ਤੁਸੀਂ ਓਵਰਆਲ ਜਿੱਥੇ ਵੀ ਤੁਹਾਨੂੰ ਲੱਗਾ ਕਿ ਕੁਝ ਕੰਮ ਕਰਨ ਦੀ ਲੋੜ ਹੈ ਉਹਨਾਂ ਨੂੰ ਤੁਸੀਂ ਅਡੋਪਟ ਕੀਤਾ? ਅਸਲ 'ਚ ਇਨ ਦ ਬਿਗਨਿੰਗ ਵੀ ਸਟਾਰਟਿਡ ਕਿ ਵੀ ਸਾਨੂੰ ਜਦੋਂ ਸਰਵੇ ਕੀਤਾ ਸੀਗਾ ਅਤੇ ਕੁਛ ਇੱਦਾਂ ਦੇ ਲਾਚਾਰ ਦੇਖੇ ਸੀਗੇ ਜਿਹੜੇ ਮਤਲਬ ਘਰਾਂ ਵਿੱਚ ਹੀ ਜਾਂ ਬੰਨੇ ਹੋਏ ਸੀਗੇ ਜਾਂ ਬਹੁਤ ਹੀ ਤਰਸਯੋਗ ਹਾਲਤ ਵਿੱਚ ਸੀਗੇ ਅਤੇ ਜਾਂ ਕੁਛ ਸੜਕਾਂ 'ਤੇ ਬੀਬੀਆਂ ਪ੍ਰੈਗਨੈਂਟ ਰੇ ਵਿਕਟਮ ਜਾਂ ਬੱਚਿਆਂ ਦੇ ਨਾਲ ਰੁਲਦੀਆਂ ਦੇਖੀਆਂ ਜਾਂ ਕੁਛ ਐਕਸੀਡੈਂਟਲ ਕੇਸਿਸ ਜਿਹੜੇ ਹੋਸਪਿਟਲਸ 'ਚ ਰੈਫਰ ਸਾਡੇ ਵੱਲੋਂ ਵੀ ਕੀਤੇ ਗਏ, ਅਸੀਂ ਲੈ ਕੇ ਗਏ ਹਾਂ ਜਿੱਥੇ ਕਿ ਸਾਨੂੰ ਡਾਕਟਰਸ ਨੇ ਇਗਨੋਰ ਕੀਤਾ ਕਿ ਵੀ ਜੇ ਤੁਸੀਂ ਇਹਦੇ ਨਾਲ ਰਹੋਗੇ ਤਾਂ ਇਹਦਾ ਇਲਾਜ ਹੋਏਗਾ ਨਹੀਂ ਤਾਂ ਨਹੀਂ ਹੋਏਗਾ। ਅਤੇ ਇਹ ਸਾਰੀਆਂ ਮਤਲਬ ਘਟਨਾਵਾਂ ਕ੍ਰਮ ਇੱਕਦਮ ਜੁੜਦੇ ਜੇ ਗਏ, ਕੜੀਆਂ ਜੁੜਦੀਆਂ ਗਈਆਂ। ਪਹਿਲਾਂ ਅਸੀਂ ਮਤਲਬ ਜੀਪ ਪੁਰਾਣੀ ਜੀਪ ਅਸੀਂ ਖਰੀਦੀ ਸੀਗੀ ਜਿਸ ਨੂੰ ਲੈ ਕੇ ਸਰ ਘਰਾਂ ਜਿਹੜੇ ਮਤਲਬ ਝੌਂਪੜੀਆਂ 'ਚ ਝੁੱਗੀਆਂ 'ਚ ਬੱਚੇ ਬਾਹਰ ਬੰਨ੍ਹ ਕੇ ਚਲੇ ਜਾਂਦੇ ਸੀਗੇ ਜਾਂ ਅੰਦਰ ਕਮਰਿਆਂ 'ਚ ਬੰਨ੍ਹ ਸੀਗੇ, ਉਹਨਾਂ ਨੂੰ ਲੈ ਕੇ ਆਈਦਾ ਸੀਗਾ, ਡੇ ਟਾਈਮ ਉਹਨਾਂ ਨੂੰ ਡੇ ਕੇਅਰ 'ਚ ਰੱਖਿਆ ਸੀਗਾ। ਬਟ ਜਦੋਂ ਦੇਖਿਆ ਵੀ ਲਾਚਾਰ ਸੜਕਾਂ 'ਤੇ ਰੁਲ ਰਹੇ, ਉਹਨਾਂ ਨੂੰ ਨਾਈਟ ਸ਼ੈਲਟਰ ਦੀ ਵੀ ਲੋੜ ਹੈਗੀ ਹੈ, ਤਾਂ ਫਿਰ ਇਹ ਕੁਛ ਦਿਨਾਂ ਦਾ ਹੀ ਮਤਲਬ ਫਰਕ ਪਿਆ ਕਿ ਸਾਨੂੰ ਉਹ ਵੀ ਸ਼ੁਰੂ ਕਰਨਾ ਪਿਆ। ਤੇ ਫਿਰ ਇਹ ਮਤਲਬ ਜਿੱਦਾਂ ਹੀ ਲਾਚਾਰਾਂ ਦੀ ਨੀਡ ਵੱਧਦੀ ਗਈ ਦੇਖੀ ਤਾਂ ਫਿਰ ਇਹ ਘਰ ਮਤਲਬ ਹਰ ਤਰ੍ਹਾਂ ਦੇ ਲਾਚਾਰ ਲਈ ਤਿਆਰ ਹੋ ਗਿਆ। ਬਟ ਮੇਨ ਸੀਗਾ ਕਿ ਵੀ ਅਸੀਂ ਇਹ ਨਹੀਂ ਸੀ ਚਾਹੁੰਦੇ ਕਿ ਵੀ ਜਿਹੜੇ ਘਰਾਂ ਤੋਂ ਮਤਲਬ ਜਿਨ੍ਹਾਂ ਦੇ ਮਾਂ ਬਾਪ ਹੈਗੇ ਵੈਲ ਹੈਗੇ ਆ, ਸੈਟਲਡ ਹੈਗੇ ਆ, ਸਭ ਕੁਛ ਹੈਗਾ ਹੈ ਨਾ, ਉਹ ਘਰਾਂ 'ਚੋਂ ਮਾਂ ਬਾਪ ਨੂੰ ਕੱਢ ਦਿੰਦੇ ਆ ਜਾਂ ਕੋਈ ਇੱਦਾਂ ਦੇ ਬੱਚੇ ਨੂੰ ਕੱਢ ਦਿੰਦੇ ਆ, ਅਸੀਂ ਉਹ ਨਹੀਂ ਸੀ ਚਾਹੁੰਦੇ ਕਿ ਇਹ ਇੱਕ ਉਹਨਾਂ ਨੂੰ ਫੀਲਿੰਗ ਆਏ ਕਿ ਵੀ ਸਾਡੇ ਲਈ ਵੀ ਘਰ ਖੁੱਲ੍ਹ ਗਿਆ ਹੈਗਾ। ਇਹ ਉਹਨਾਂ ਵਾਸਤੇ ਨਹੀਂ, ਇਹ ਉਹਨਾਂ ਵਾਸਤੇ ਲਾਚਾਰਾਂ ਲਈ ਹੈ ਜਿਨ੍ਹਾਂ ਦਾ ਕੋਈ ਨਹੀਂ ਹੈ, ਸਿਰ 'ਤੇ ਛੱਤ ਨਹੀਂ ਹੈ, ਸ਼ੈਲਟਰ ਨਹੀਂ ਹੈ, ਫੂਡ ਨਹੀਂ ਹੈਗਾ। ਇਹ ਘਰ ਉਹਨਾਂ ਵਾਸਤੇ, ਮੇਨ ਮਕਸਦ ਇਹੀ ਸੀਗਾ ਵੀ ਉਹਨਾਂ ਵਾਸਤੇ ਸ਼ੁਰੂ ਕੀਤਾ ਗਿਆ। ਸੋ ਛੋਟੇ ਜਿਹੇ ਲੈਵਲ ਤੋਂ ਇਹ ਸਟਾਰਟ ਹੋਇਆ, ਲੇਕਿਨ ਅੱਜ ਇਹ ਦੁਨੀਆ ਭਰ ਦੇ ਵਿੱਚ ਜੋ ਤੁਸੀਂ ਕੰਮ ਕਰ ਰਹੇ ਹੋ ਇਹਦੇ ਬਾਰੇ ਚਰਚਾ ਹੋ ਰਹੀ ਹੈ। ਇੱਕ ਬ੍ਰੇਕ ਲੈਂਦੇ ਜੀ, ਵਾਪਸ ਆਉਂਦੇ ਤੁਹਾਡੇ ਤੋਂ ਜਾਣਕਾਰੀ ਲੈਂਦੇ ਹਾਂ ਕਿ ਅੱਜ ਇਹ ਜਿਹੜਾ ਤੁਹਾਡਾ ਸਾਰਾ ਇਹ ਸਿਸਟਮ ਹੈਗਾ, ਕਿੰਨੇ ਤੁਸੀਂ ਉੱਥੇ ਲੋਕਾਂ ਨੂੰ ਮਦਦ ਦੇ ਰਹੇ ਹੋ, ਕੀ ਕੋਈ ਸਰਕਾਰੀ ਫੰਡਿੰਗ ਮਿਲਦੀ ਹੈ ਜਾਂ ਸਿਰਫ ਸੰਗਤਾਂ ਦੇ ਸਹਿਯੋਗ ਨਾਲ ਕੰਮ ਚੱਲਦਾ ਹੈ, ਹੋਰ ਕਿਹੜੇ ਕਿਹੜੇ ਉੱਥੇ ਵਾਰਡਸ ਨੇ ਅਤੇ ਕਿਸ ਤਰੀਕੇ ਨਾਲ ਖਾਸ ਤੌਰ ਉੱਤੇ ਇੱਥੇ ਬੈਠੇ ਕੈਨੇਡਾ ਵਿੱਚ ਜਿਹੜਾ ਇਹ ਪ੍ਰੋਗਰਾਮ ਲੋਕ ਦੇਖ ਰਹੇ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਨੇ? ਇਸ ਬਾਰੇ ਗੱਲ ਕਰਨੇ ਇਸ ਬ੍ਰੇਕ ਤੋਂ ਬਾਅਦ ਜੀ। For close to 50 years, Simpson Thomas has had the privilege of serving members of the Indo-Canadian community, the victims of car accidents. Order of Canada ਦੇ ਨਾਲ ਸਨਮਾਨਿਤ ਬਰਨੀ ਸਿੰਪਸਨ ਦੇ ਤਜਰਬੇ ਦਾ ਫਾਇਦਾ ਲੈ ਕੇ ਗੱਡੀਆਂ ਦੇ ਐਕਸੀਡੈਂਟਸ ਦੇ ਪੀੜਤ ਲੋਅਰ ਮੇਨਲੈਂਡ ਵਿੱਚ ਤਸੱਲੀਬਖਸ਼ ਸਲਾਹ ਅਤੇ ਸੇਵਾਵਾਂ ਲੈ ਸਕਦੇ ਹਨ। ਇਹਨਾਂ ਦਾ ਮਕਸਦ ਤੁਹਾਡੀ ਪਰਸਨਲ ਇੰਜਰੀ ਲਈ ICBC ਤੋਂ ਵੱਧ ਤੋਂ ਵੱਧ ਮੁਆਵਜ਼ਾ ਲੈ ਕੇ ਦੇਣ ਦਾ ਹੈ। ਅੱਜ ਹੀ ਫੋਨ ਕਰੋ 604-689-8888। Soon the ICBC will be implementing legislation which will severely affect your rights to get a just settlement. We'll be there for you. ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਅੱਜ ਸਾਡੇ ਨਾਲ ਪ੍ਰੋਗਰਾਮ ਵਿੱਚ ਪ੍ਰਭ ਆਸਰਾ ਟਰੱਸਟ ਤੋਂ ਰਜਿੰਦਰ ਕੌਰ ਜੀ ਗੱਲਬਾਤ ਕਰ ਰਹੇ ਨੇ ਅਤੇ ਤੁਹਾਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਪ੍ਰਭ ਸਹਾਰਾ ਇਹ ਸੰਸਥਾ ਜੋ ਹੈਗੀ ਏ ਇਹ ਲਾਵਾਰਸਾਂ ਵਾਸਤੇ, ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਉਹਨਾਂ ਵਾਸਤੇ ਇੱਕ ਰੇ ਆਫ ਹੋਪ ਬਣੀ ਏ। ਉਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ। ਸੋ ਬ੍ਰੇਕ ਤੋਂ ਪਹਿਲਾਂ ਭੈਣ ਜੀ ਮੇਰਾ ਜਿਹੜਾ ਸਵਾਲ ਸੀ ਕਿ ਹੌਲੀ ਹੌਲੀ ਤੁਸੀਂ ਇਹ ਕੰਮ ਸ਼ੁਰੂ ਕੀਤਾ 2003, ਪਰ 15 ਸਾਲ ਹੋ ਗਏ ਤੁਹਾਨੂੰ ਉਹਨੇ ਕੰਮ ਕਰਦੇ। ਆਫਕੋਰਸ ਬਹੁਤ ਚੈਲੇਂਜਸ, ਬਹੁਤ ਮੁਸ਼ਕਲਾਂ ਵੀ ਆਈਆਂ ਹੋਣਗੀਆਂ, ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪਹਿਲਾਂ ਟਰੱਸਟ ਡਿਵੈਲਪ ਕਰਨਾ, ਤਦੇ ਹੀ ਲੋਕ ਜਿਹੜੇ ਨਾਲ ਜੁੜਦੇ ਨੇ। ਪਰ ਇਹਦੇ ਵਾਸਤੇ ਜਦੋਂ ਤੁਸੀਂ ਦੋ ਕਮਰੇ ਤੋਂ ਇਹ ਗੱਲ ਸ਼ੁਰੂ ਕੀਤੀ, ਅੱਜ ਕਿੱਥੇ ਖਲੋਤੇ ਹਾਂ, ਅੱਜ ਕਿੰਨੇ ਲੋਕਾਂ ਦੀ ਤੁਸੀਂ ਮਦਦ ਕਰ ਰਹੇ ਹੋ ਅਤੇ ਕੀ ਬਿਲਡਿੰਗਸ ਵਗੈਰਾ ਹੁਣ ਬਣ ਚੁੱਕੀਆਂ ਨੇ ਅਜੇ ਵੀ ਜਾਂ ਉੱਥੇ ਕੰਸਟਰਕਸ਼ਨ ਚੱਲ ਰਹੀ ਹੈ? ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੱਕ ਸਾਡੇ ਕੋਲ ਕੁਰਾਲੀ ਵਿਖੇ 3.5-4 ਏਕੜ ਦੇ ਕਰੀਬ ਜਗ੍ਹਾ ਹੈਗੀ ਹੈ ਜਿੱਥੇ 4 ਵੱਡੀਆਂ ਬਿਲਡਿੰਗਸ ਬਣ ਰਹੀਆਂ, 2 ਬਣ ਰਹੀਆਂ ਹੈਗੀਆਂ ਅਤੇ 2 ਤਿਆਰ ਹੈਗੀਆਂ ਜਿਹੜੀਆਂ ਫੁੱਲ ਟਾਈਮ ਚੱਲ ਰਹੀਆਂ ਹੈਗੀਆਂ। ਈਵਨ ਕਿ ਪਿੱਛੇ ਜੇ ਮੇਲ ਲਈ ਸ਼ੈਡ ਹੀ ਪਾਏ ਸੀਗੇ, ਉਹ ਹੁਣ ਉਹਨਾਂ ਨੂੰ ਹੌਲੀ ਹੌਲੀ ਸ਼ਿਫਟ ਕਰ ਰਹੇ ਹੈਗੇ ਨਵੀਂ ਬਿਲਡਿੰਗ 'ਚ। ਅਤੇ ਇੱਕ ਚੰਜ ਜਿਹੜੀ ਬ੍ਰਾਂਚ ਹੈਗੀ ਹੈ ਲਾਂਡਰਾਂ ਤੋਂ ਫਤਿਹਗੜ੍ਹ ਸਾਹਿਬ ਰੋਡ ਦੇ ਉੱਪਰ, ਜਿੱਥੇ ਕਿ 80 ਤੋਂ ਉੱਪਰ ਪੁਰਾਣੀ ਉੱਥੇ ਰਹਿ ਰਹੇ ਹੈਗੇ ਹਾਂ। ਅਤੇ ਇੱਕ ਨਵੀਂ ਬ੍ਰਾਂਚ ਸਾਡੀ ਇੱਥੇ ਮੇਪਲ ਰਿਜ ਤੋਂ ਸਰਦਾਰ ਹਰਜੀਤ ਸਿੰਘ ਜੀ ਨੇ ਸਾਨੂੰ 3 acres ਲੈਂਡ ਉੱਥੇ ਡੋਨੇਟ ਕੀਤੀ ਸੀਗੀ, ਲੁਧਿਆਣੇ ਰਾਏਕੋਟ ਦੇ ਕੋਲ ਹੈਗਾ ਫੇਰੂ ਰਾਈਆਂ, ਉੱਥੇ ਵੀ ਕੰਸਟਰਕਸ਼ਨ ਚੱਲ ਰਹੀ ਹੈਗੀ ਹੈ। ਬਹੁਤ ਜਲਦੀ ਹੀ ਅਸੀਂ ਕੁਛ ਇਨਹੈਬੀਟੈਂਟਸ ਉੱਥੇ ਸ਼ਿਫਟ ਕਰਨ ਜਾ ਰਹੇ ਹੈਗੇ ਹਾਂ। ਅਤੇ ਇੱਕ 3 acres ਲੈਂਡ ਸਾਨੂੰ ਚਮਕੌਰ ਸਾਹਿਬ ਕੋਲੋਂ ਆਸਟ੍ਰੇਲੀਆ ਤੋਂ ਸੱਜਣ ਹੈਗੇ ਆ, ਉਹਨਾਂ ਨੇ ਡੋਨੇਟ ਕੀਤੀ ਹੈਗੀ ਹੈ। ਉਹ ਸਾਡੇ ਅਸੀਂ ਹਜੇ ਸਾਡੇ ਫਿਊਚਰ
ਪਲਾਨਸ ਵਿੱਚ ਹੈਗੀ ਹੈ ਬਿਕੋਜ਼ ਇੰਨੀ ਜਲਦੀ ਨੇੜੇ ਅਸੀਂ ਨਹੀਂ ਸ਼ੁਰੂ ਕਰ ਪਾ ਰਹੇ ਹੈਗੇ ਅਤੇ ਬਟ ਜਿਹੜੇ ਪਿਛਲੇ 15 ਸਾਲ 'ਚ ਹੁਣ ਤੱਕ ਸਾਡੇ ਕੋਲ ਤਕਰੀਬਨ 1687 ਤੋਂ ਉੱਪਰ ਇਨਹੈਬੀਟੈਂਟਸ ਜਿਹੜੇ ਦਾਖਲ ਹੋਏ ਹੈਗੇ ਆ ਸਾਡੇ ਕੋਲ ਪੇਸ਼ੈਂਟਸ ਅਲੱਗ ਅਲੱਗ ਹਾਲਤਾਂ ਵਿੱਚ ਜਿਨ੍ਹਾਂ ਵਿੱਚ ਮਾਨਸਿਕ ਰੋਗੀ ਜ਼ਿਆਦਾਤਰ ਹੈਗੇ ਆ ਜਾਂ ਮੈਂਟਲੀ ਚੈਲੇਂਜਡ ਵੀ ਜਿਹੜੇ ਬਚਪਨ ਤੋਂ ਹੀ ਨਹੀਂ ਦਿਮਾਗ ਵਧਿਆ ਫੁੱਲਿਆ ਹੈਗਾ ਸੈਰੀਬਲ ਪਾਲਸੀ ਰੇਪ ਵਿਕਟਮਸ ਪ੍ਰੈਗਨੈਂਟ ਲੇਡੀ ਔਰਫਨ ਅਤੇ ਕਾਫੀ ਬਜ਼ੁਰਗ ਡਿਮੈਂਸ਼ੀਆ ਤੋਂ ਪੀੜਤ ਜਿਹੜੇ ਪਹੁੰਚ ਰਹੇ ਹੈਗੇ ਆ ਜਾਂ ਫਿਜ਼ੀਕਲੀ ਹੈਂਡੀਕੈਪਡ ਪਰਸਨਸ ਸੜਕਾਂ 'ਤੇ ਜਿਹੜੇ ਰੁਲ ਜਾਂਦੇ ਆ ਅਤੇ ਦਾਤੇ ਦੀ ਕਿਰਪਾ ਨਾਲ ਸਾਰਿਆਂ ਦੇ ਸਹਿਯੋਗ ਨਾਲ ਆਫਟਰ ਰੀਹੈਬਲੀਟੇਸ਼ਨ ਅਬਾਊਟ 1084 ਦੇ ਕਰੀਬ ਅਸੀਂ ਉਹਨਾਂ ਦੇ ਵਾਰਸ ਲੱਭ ਕੇ ਆਲ ਓਵਰ ਇੰਡੀਆ ਤੋਂ ਔਰ ਪੰਜਾਬ 'ਚੋਂ ਹਿਮਾਚਲ 'ਚੋਂ ਹਰਿਆਣਾ ਤੋਂ ਉਹਨਾਂ ਦੇ ਨਾਲ ਰੀਯੂਨਾਈਟ ਕਰਾ ਚੁੱਕੇ ਹਾਂ ਜਿੱਥੇ ਕਿ ਸੱਜਣ ਸਾਡੇ ਕੋਲ ਨਹੀਂ ਪਹੁੰਚ ਸਕਦੇ ਲੈਣ ਵਾਸਤੇ ਉੱਥੇ ਅਸੀਂ ਖੁਦ ਜਾ ਕੇ ਛੱਡਦੇ ਹੈਗੇ ਹਾਂ ਬਾਹਰਲੀਆਂ ਸਟੇਟਾਂ 'ਚ ਵੀ ਅਤੇ ਈਵਨ ਕਿ ਪੰਜਾਬ 'ਚ ਵੀ ਆਸਾਮ ਉੜੀਸਾ ਵੈਸਟ ਬੰਗਾਲ ਮਹਾਰਾਸ਼ਟਰ ਤੱਕ ਅਸੀਂ ਕਾਫੀ ਸਟੇਟਸ ਅਸੀਂ ਜਾ ਚੁੱਕੇ ਹੈਗੇ ਹਾਂ ਸੋ ਗੁਰੂ ਦਾ ਸਿਧਾਂਤ ਮਾਨਸ ਕੀ ਜਾਤ ਸਭ ਇਹ ਕੇ ਪਹਿਚਾਣ ਬੋਧ ਜਿਹੜਾ ਕੋਨਸੈਪਟ ਹੈ ਤੁਸੀਂ ਇਸਨੂੰ ਇੱਥੇ ਲਾਗੂ ਕਰ ਰਹੇ ਹੋ ਇੱਥੇ ਕੋਈ ਜਾਤ ਧਰਮ ਦੇ ਆਧਾਰ ਦੇ ਉੱਤੇ ਐਡਮਿਸ਼ਨ ਨਹੀਂ ਹੁੰਦੀ ਇੱਥੇ ਜਿਸ ਨੂੰ ਵੀ ਲੋੜ ਹੈ ਉਹ ਇੱਥੇ ਆ ਕੇ ਉਹਦੀ ਤੁਸੀਂ ਸਪੋਰਟ ਕਰ ਬਿਲਕੁਲ ਜੀ ਜਿਹਦੇ ਸਿਰ 'ਤੇ ਸਾਥ ਨਹੀਂ ਇਹ ਘਰ ਉਹਨਾਂ ਵਾਸਤੇ ਹੈ ਕਿਉਂਕਿ ਇਹ ਆਸਰਾ ਹੀ ਹੈ ਉਹ ਦਾਤੇ ਦਾ ਪਰਮਾਤਮਾ ਦਾ ਅਤੇ ਇੱਕੋ ਪਰਮਾਤਮਾ ਦੀ ਔਲਾਦ ਹੈਗੇ ਹਾਂ ਅਸੀਂ ਅਤੇ ਇਸ ਕਰਕੇ ਜਾਤ ਪਾਤ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੋ ਪਰਮਾਨੈਂਟ ਵੀ ਤੁਹਾਡੇ ਕੋਲ ਇੱਥੇ ਕੁਝ ਰੈਜੀਡੈਂਟਸ ਨੇ ਜਿਸ ਤਰ੍ਹਾਂ ਕੋਈ ਜਿਹਨਾਂ ਦੇ ਨਹੀਂ ਲੱਭੇ ਵਾਰਿਸ ਜਾਂ ਜਿਹੜੇ ਬਿਲਕੁਲ ਹੀ ਜਿਹਨਾਂ ਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਵੀ ਤੁਸੀਂ ਇੱਥੇ ਪਰਮਾਨੈਂਟ ਵੀ ਰੱਖਦੇ ਹੋ ਅਬਾਊਟ 405% ਸਾਡੇ ਕੋਲ ਇਸ ਵਕਤ ਵੀ ਹੈਗੇ ਹੈ ਜਿਹੜੇ ਕਿ ਰੈਗੂਲਰਲੀ ਉਹਨਾਂ ਦਾ 3 ਟਾਈਮ ਦਾ ਖਾਣਾ ਅਤੇ ਟ੍ਰੀਟਮੈਂਟ ਅਤੇ ਰੀਹੈਬਲੀਟੇਸ਼ਨ ਚੱਲ ਰਹੀ ਹੈਗੀ ਆ ਉਹਨਾਂ ਵਿੱਚੋਂ ਕੁਛ ਕੇਸਿਸ ਜਿਹੜੇ ਨਵੇਂ ਐਡਮਿਸ਼ਨ ਹੁੰਦੀ ਹੈ ਉਹਨਾਂ ਦਾ ਰੀਹੈਬਲੀਟੇਸ਼ਨ ਚੱਲ ਰਿਹਾ ਹੁੰਦਾ ਅਤੇ ਕਾਫੀ ਡਿਫਰੈਂਟ ਨੰਬਰ ਕੇਸਿਸ ਕਾਫੀ ਹੈਗੇ ਆ ਕੁਛ ਦੀ ਲੈਂਗੁਏਜ ਪ੍ਰੋਬਲਮ ਹੈਗੀ ਆ ਕੁਛ ਮੈਂਟਲੀ ਇੰਨੇ ਕੁਛ ਜ਼ਿਆਦਾ ਚੈਲੇਂਜ ਹੈ ਕਿ ਦੇ ਆਰ ਅਨਏਬਲ ਟੂ ਟੈਲ ਅਸ ਅਬਾਊਟ ਦੇ ਵੇਅਰ ਅਬਾਊਟਸ ਆਫਟਰ ਟ੍ਰੀਟਮੈਂਟ ਆਲਸੋ ਬਿਕੋਜ਼ ਦੇ ਡੋਂਟ ਗੈਟ ਹੀਲ ਅਤੇ ਕਾਫੀ ਅਲੱਗ ਅਲੱਗ ਹਾਲਤਾਂ ਵਿੱਚ ਸਾਡੇ ਕੋਲ ਪੇਸ਼ੈਂਟ ਹੈਗੇ ਆ ਅਤੇ ਕਈਆਂ ਦੇ ਇੱਦਾਂ ਦੇ ਵੀ ਵਾਰਸ ਹੈਗੇ ਆ ਜਿਹੜੇ ਕਿ ਉਹਨਾਂ ਨੂੰ ਅਸੈਪਟ ਬੈਕ ਹੀ ਨਹੀਂ ਕਰਦੇ ਹੈਗੇ ਜਾਂ ਜੇ ਇੱਕ ਦੁੱਕਾ ਜਿਹੜੇ ਲੈ ਕੇ ਗਏ ਆ ਕੁਛ ਉਹਨਾਂ ਨੂੰ ਫਿਰ ਤੋਂ ਉਹਨਾਂ ਨੂੰ ਸੜਕਾਂ ਤੋਂ ਫਿਰ ਤੋਂ ਚੱਕ ਕੇ ਲਿਆਉਂਦਾਂਗੇ ਸਿਸਟਰ ਭੈਣ ਜੀ ਤੁਸੀਂ ਦੱਸਿਆ ਕਿ ਕੁਝ ਆਸਟ੍ਰੇਲੀਆ ਤੋਂ ਜਾਂ ਕੈਨੇਡਾ ਤੋਂ ਇੱਥੋਂ ਮੇਪਲ ਰਿਜ ਤੋਂ ਭਾਈ ਸਾਹਿਬ ਨੇ ਜ਼ਮੀਨ ਡੋਨੇਟ ਕੀਤੀ ਹੈਗੀ ਹੈ ਕੀ ਸਰਕਾਰੀ ਕੋਈ ਇਮਦਾਦ ਵੀ ਤੁਹਾਨੂੰ ਮਿਲਦੀ ਕਿਉਂਕਿ ਇਹ ਜਿਹੜਾ ਵੱਡਾ ਤੁਹਾਡਾ ਇੱਕ ਕੰਮ ਹੈਗਾ ਜਿਹਦੇ 'ਚ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਗਵਰਨਮੈਂਟ ਹਸਪਤਾਲਾਂ ਤੋਂ ਜਾਂ ਗਵਰਨਮੈਂਟ ਸੋਸ਼ਲ ਵੈਲਫੇਅਰ ਆਰਗਨਾਈਜੇਸ਼ਨ ਉਹ ਵੀ ਤੁਹਾਨੂੰ ਬਿਲਕੁਲ ਰੈਫਰ ਕਰਦੇ ਨੇ ਸੋ ਕੀ ਕੋਈ ਗਵਰਨਮੈਂਟ ਵੱਲੋਂ ਵੀ ਇਮਦਾਦ ਮਿਲ ਰਹੀ ਨਹੀਂ ਜੀ ਇਹ ਰੈਫਰ ਕਰਦੇ ਨੇ ਇਹੀ ਬਹੁਤ ਵੱਡੀ ਗੱਲ ਹੈਗੀ ਆ ਕੋਈ ਗ੍ਰਾਂਟ ਵਗੈਰਾ ਸਰਕਾਰ ਵੱਲੋਂ ਨਹੀਂ ਹੈ ਬਲਕਿ ਸਾਨੂੰ ਥੋੜ੍ਹੀ ਜਿਹੀ ਪ੍ਰੋਬਲਮਸ ਹੀ ਕਹਿ ਲਾਂਗੇ ਕਿ ਜ਼ਰੂਰ ਉਹ ਕ੍ਰੀਏਟ ਕਰ ਰਹੇ ਹੈਗੇ ਆ ਰੀਸੈਂਟਲੀ ਨਵੀਂ ਬਿਲਡਿੰਗ ਬਣਾਈ ਹੈਗੀ ਆ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਉਸ ਤੋਂ ਪਹਿਲਾਂ ਅਸੀਂ ਜਦੋਂ ਬਿਲਡਿੰਗ ਪਾਸ ਕਰਾਉਣ ਵਾਸਤੇ ਜਿਵੇਂ ਜਰਨਲ ਆਪਾਂ ਕੰਮ ਕਰਦੇ ਹਾਂ ਕਿ ਨਕਸ਼ਾ ਪਾਸ ਕਰਾਉਣ ਲਈ ਉਹਨਾਂ ਨੂੰ ਦੇਈਦਾ ਹੈਗਾ ਅਸੀਂ ਫਾਈਲ ਲੈ ਕੇ ਗਏ ਸੀਗੇ ਅਤੇ ਐਂਡ ਦੇ ਵਸਿੰਗ ਕਿ ਫਾਈਲ ਦੇ ਨਾਲ ਤੁਸੀਂ ਪੈਸੇ ਜਮ੍ਹਾਂ ਕਰਵਾਓ ਅਸੀਂ ਕਿਹਾ ਤੁਸੀਂ ਕੈਲਕੂਲੇਟ ਕਰਕੇ ਦੱਸੋ ਸਾਨੂੰ ਕਿੰਨਾ ਬਣਿਆ ਅਤੇ ਉਹਨਾਂ ਨੇ ਕਮਰਸ਼ੀਅਲ ਅਦਾਰਿਆਂ ਵਾਲੀਆਂ ਸ਼ਰਤਾਂ ਲਗਾ ਦਿੱਤੀਆਂ ਅਤੇ 82 ਲੱਖ ਰੁਪਇਆ ਬਣਾਇਆ ਅਤੇ ਅਸੀਂ ਉਹਨਾਂ ਨੂੰ ਰਿਕੁਐਸਟ ਲੈਟਰ ਪਾਈ ਕਿ 82 ਲੱਖ ਰੁਪਇਆ ਅਸੀਂ ਨਹੀਂ ਦੇ ਸਕਦੇ ਬਿਕੋਜ਼ ਇਹ ਸੋਸ਼ਲ ਵਰਕ ਹੈਗਾ ਨੋਟ ਐਟ ਆਲ ਅਤੇ ਸਿਰਫ ਸਮਾਜ ਲਈ ਅਸੀਂ ਜਿਹੜਾ ਕੰਮ ਸਰਕਾਰ ਨੇ ਕਰਨਾ ਹੈਗਾ ਉਹ ਕੰਮ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇਹ ਸੰਗਤ ਦਾ ਪੈਸਾ ਹੈਗਾ ਇੱਕ ਪੈਨੀ ਬਹੁਤ ਕੀਮਤੀ ਹੈ ਅਸੀਂ ਨਹੀਂ ਦੇ ਸਕਦੇ ਸਰਕਾਰ ਨੂੰ ਇਹ ਪੈਸਾ ਨਹੀਂ ਦਿੱਤਾ ਜਾ ਸਕਦਾ ਇੰਨਾ ਹਾਂ ਕਿ ਤੁਸੀਂ ਆਮ ਡੋਮੈਸਟਿਕ ਲੈਵਲ ਦਾ ਕੁਛ ਉਹ ਲਗਾਉਂਦੇ ਸਾਨੂੰ ਫੀਸ ਤਾਂ ਅਸੀਂ ਉਹ ਜ਼ਰੂਰ ਪੇ ਕਰ ਦਿੰਦੇ ਅਤੇ ਵੀ ਅਸੀਂ ਨਕਸ਼ੇ ਦੇ ਨਾਲ ਅਤੇ ਉਹ ਨਕਸ਼ਾ ਪਾਸ ਹੋਇਆ ਨਹੀਂ ਅਤੇ ਇਨ ਦਾ ਮੀਨ ਵਾਇਲ ਉਹਨਾਂ ਨੇ ਸਾਡੇ 'ਤੇ ਪਹਿਲਾਂ ਤਾਂ ਸਾਨੂੰ ਆਰਡਰ ਕੱਢੇ ਕਿ ਇਹਨੂੰ ਢਾਹ ਕੇ ਖਰਚਾ ਵੀ ਤੁਹਾਡੇ ਤੋਂ ਲਵਾਂਗੇ ਅਤੇ ਵੀ ਸੈਡ ਦੈਟ ਕਿ ਜਦੋਂ ਉਹ ਟਾਈਮ ਆਏਗਾ ਅਸੀਂ ਦੇਖਾਂਗੇ ਹੈ ਨਾ ਵੀ ਅਸੀਂ ਅਪਰ ਅਥਾਰਟੀਜ਼ ਨੂੰ ਰਿਕੁਐਸਟ ਲੈਟਰ ਭੇਜੀ ਸੀ ਕਿ ਵੇਵ ਆਫ ਕੀਤਾ ਜਾਏ ਕੋਈ ਉੱਥੇ ਹਿਲਜੁਲ ਨਹੀਂ ਦੇਖੀ ਤਾਂ ਉਹਨਾਂ ਨੇ ਕੋਰਟ ਕੇਸ ਕਰ ਦਿੱਤਾ ਅਤੇ ਪਿੱਛੇ ਜੇ ਕ੍ਰਿਮੀਨਲ ਕੋਰਟ ਕੇਸ ਕੀਤਾ ਨਾਲੇ ਅਤੇ ਪਿੱਛੇ ਜੇ ਫਿਰ ਬੇਲ ਕਰਵਾਉਣੀ ਪਈ ਕੁਛ ਮੈਂਬਰਾਂ ਦੀ ਅਤੇ ਜਦੋਂ ਇਹ ਨੌਬਤ ਆਈ ਤਾਂ ਫਿਰ ਸੰਗਤ 'ਚ ਰੋਸ ਬਹੁਤ ਹੋਇਆ ਅਤੇ ਉਹਨਾਂ ਨੇ ਫਿਰ ਪ੍ਰੋਟੈਸਟ ਕਰਨ ਦਾ ਵਿਚਾਰ ਬਣਾਇਆ ਅਤੇ ਈਵਨ ਕਿ ਕਈਆਂ ਨੇ ਤਾਂ ਮੈਂਬਰਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਰਸਤੇ ਰੋਕਾਂਗੇ ਅਤੇ ਅਮਰਿੰਦਰ ਦੀ ਕੋਠੀ 'ਤੇ ਸਾਰੇ ਪੇਸ਼ੈਂਟਸ ਨੂੰ ਲੈ ਜਾਵਾਂਗੇ ਬਟ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ ਅਸੀਂ ਇੰਨਾ ਅਗਰੈਸਿਵਲੀ ਨਹੀਂ ਬਿਹੇਵ ਕਰਨਾ ਬਿਕੋਜ਼ ਜੇ ਐਂਬੂਲੈਂਸ ਵੀ ਕੋਈ ਸੜਕ 'ਤੇ ਜਾਂਦੀ ਹੈ ਕਿਸੇ ਦੀ ਵੀ ਡੈਥ ਹੋ ਸਕਦੀ ਅਸੀਂ ਕਿਸੇ ਦੀ ਜਾਨ ਦਾ ਹੋਣੀ ਨੁਕਸਾਨ ਨਹੀਂ ਕਰਨਾ ਕਿਉਂਕਿ ਅਸੀਂ ਇਨਸਾਨੀਅਤ ਵਾਸਤੇ ਕੰਮ ਕਰਦੇ ਹੈਗੇ ਹਾਂ ਬਟ ਮੇਨ ਕੀ ਕਿ ਸਰਕਾਰ ਨੂੰ ਤਾਂ ਜਗਾਉਣਾ ਪਏਗਾ ਹੀ ਬਿਲਕੁਲ ਰਾਦਰ ਦੈਨ ਸਪੋਰਟਿੰਗ ਉਹ ਇੱਕ ਤਰ੍ਹਾਂ ਦੇ ਹੋਰ ਅੜਿੱਚੇ ਜਿਹੜੇ ਨੇ ਉਹ
ਕਾਇਮ ਕਰ ਰਹੀ ਹੈ ਜਿਹਦੇ ਨਾਲ ਕਿ ਇਹ ਪ੍ਰੋਸੈਸ ਦੇ ਵਿੱਚ ਮੁਸ਼ਕਲ ਹੁੰਦੀ ਹੈ। ਸਮੇਂ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਸੋਸ਼ਲ ਫੈਬਰਿਕ ਪੰਜਾਬ ਦਾ ਜਿਹੜਾ ਹੈਗਾ ਉਹਦੇ ਬਾਰੇ ਤੁਹਾਡੇ ਤੋਂ ਕੋਈ ਜਾਣਕਾਰੀ ਲਾਂਗੇ, ਕਿਉਂਕਿ ਜੋ ਇੱਥੇ ਬੈਠ ਕੇ ਅਸੀਂ ਦੇਖ ਰਹੇ ਹਾਂ, ਇੱਕ ਤਾਂ ਸੁਣਨ ਨੂੰ ਮਿਲ ਰਿਹਾ ਕਿ ਬਜ਼ੁਰਗਾਂ ਨੂੰ ਹੁਣ ਘਰੋਂ ਬਾਹਰ ਕੱਢਿਆ ਜਾ ਰਿਹਾ ਹੈ, ਛੋਟੇ ਬੱਚਿਆਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਪਰ ਇਹ 15 ਸਾਲ ਦੇ ਸਫ਼ਰ ਵਿੱਚ ਤੁਹਾਡੀ ਕੀ ਆਬਜ਼ਰਵੇਸ਼ਨ ਹੈਗੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਬਾਹਰ ਬੈਠੇ ਲੋਕ ਨੇ ਉਹ ਕਿਵੇਂ ਇਸ ਵਿੱਚ ਤੁਹਾਡੇ ਨਾਲ ਹਿੱਸਾ ਪਾ ਸਕਦੇ ਨੇ, ਇਸ ਬਾਰੇ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਸਿੰਘ ਥਿੰਦ, ਥਿੰਕ ਇੰਸ਼ੋਰੈਂਸ ਤੋਂ। ਬੰਦਾ ਕੱਲ੍ਹ ਕਰਦਾ, ਕਈ ਵਾਰੀ ਇੰਸ਼ੋਰੈਂਸ ਲੈਣ ਦਾ ਸਹੀ ਸਮਾਂ ਗਵਾ ਬਹਿੰਦਾ ਹੈ। ਡਿਸੇਬਿਲਿਟੀ ਇੰਸ਼ੋਰੈਂਸ ਤੁਹਾਡਾ ਪੇਚੈੱਕ ਪ੍ਰੋਟੈਕਟ ਕਰਦੀ ਹੈ, ਸਿਕਨੈਸ ਜਾਂ ਤੁਹਾਨੂੰ ਇੰਜਰੀ ਹੋ ਜਾਂਦੀ ਹੈ, ਤੁਸੀਂ 24 ਆਵਰ ਤੁਹਾਡੀ ਪ੍ਰੋਟੈਕਸ਼ਨ ਹੈਗੀ ਹੈ। ਬੈਂਕ ਤੋਂ ਲਈ ਹੋਈ ਮੋਰਗੇਜ ਇੰਸ਼ੋਰੈਂਸ ਨਾਲ ਪਰਸਨਲ ਇੰਸ਼ੋਰੈਂਸ ਲੈਂਦੇ ਹੋ, ਉਹਦੇ ਕਈ ਫਾਇਦੇ ਨੇ। ਬੱਚਿਆਂ ਦੀ ਛੋਟੀ ਉਮਰ 'ਚ ਲਈ ਲਾਈਫ ਇੰਸ਼ੋਰੈਂਸ ਵਡੇਰੀ ਉਮਰ 'ਚ ਉਹਨਾਂ ਨੂੰ ਕਾਫੀ ਫਾਇਦਾ ਕਰ ਸਕਦੀ ਹੈ। ਥਿੰਕ ਕਰਨ ਦੀ ਲੋੜ ਨਹੀਂ, ਤੁਸੀਂ ਅੱਜ ਹੀ ਥਿੰਕ ਇੰਸ਼ੋਰੈਂਸ ਦੀ ਟੀਮ ਨੂੰ ਕੰਟੈਕਟ ਕਰੋ। ਪ੍ਰਭ ਆਸਰਾ ਤੋਂ ਰਜਿੰਦਰ ਕੌਰ ਜੀ ਅੱਜ ਸਾਡੇ ਨਾਲ ਗੱਲਬਾਤ ਕਰਕੇ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਪ੍ਰਭ ਆਸਰਾ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਹੈ ਉਸ ਨਾਲ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦਾ ਕਿ ਕੋਈ ਬਾਂਹ ਫੜਨ ਵਾਲਾ ਨਹੀਂ, ਉਹਨਾਂ ਨੂੰ ਇਮਦਾਦ ਦਿੱਤੀ ਜਾ ਰਹੀ ਹੈ। ਪਰ ਹੈਰਾਨੀ ਦੀ ਗੱਲ ਕਿ ਬਜਾਏ ਕਿ ਸਰਕਾਰ ਸਪੋਰਟ ਕਰੇ, ਸਰਕਾਰ ਅੜਿੱਚੇ ਪਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਰੋਸ ਹੈ। ਆਓ ਕੁਝ ਹੋਰ ਗੱਲਬਾਤ ਕਰਕੇ ਜਾਣਕਾਰੀ ਲੈਣੇ, ਫਰਦਰ ਪਲਾਨਸ ਕੀ ਨੇ ਅਤੇ ਕਿਸ ਤਰੀਕੇ ਨਾਲ ਜਿਸ ਤਰ੍ਹਾਂ ਐਕਸਪੈਂਡ ਕਰ ਰਹੇ ਨੇ ਪੰਜਾਬ ਦਾ ਸੋਸ਼ਲ ਫੈਬਰਿਕ, ਜੋ ਡਰੱਗਸ ਦੇ ਬਾਰੇ ਅਸੀਂ ਸੁਣਦੇ ਹਾਂ ਜਾਂ ਬਜ਼ੁਰਗਾਂ ਦੇ ਨਾਲ ਜਾਂ ਈਵਨ ਡੋਮੈਸਟਿਕ ਵਾਇਲੈਂਸ ਜਾਂ ਔਰਤਾਂ ਦਾ ਸ਼ੋਸ਼ਣ ਜੋ ਵੱਧ ਰਿਹਾ, ਇਹ ਸਾਰਾ ਸਾਡਾ ਸੋਸ਼ਲ ਫੈਬਰਿਕ ਕਿਵੇਂ ਇਫੈਕਟ ਹੋ ਰਿਹਾ ਹੈ ਅਤੇ ਕਿਵੇਂ ਪ੍ਰਭ ਸਹਾਰਾ ਵਰਗੀਆਂ ਸੰਸਥਾਵਾਂ ਮਦਦ ਕਰ ਰਹੀਆਂ ਨੇ, ਉਸ ਬਾਰੇ ਕੁਝ ਚਰਚਾ ਕਰਦੇ ਹਾਂ। ਸੋ ਭੈਣ ਜੀ, ਸੋਸ਼ਲ ਫੈਬਰਿਕ ਦੀ ਜਦੋਂ ਗੱਲ ਕਰ ਰਹੇ ਹਾਂ, 15 ਸਾਲ ਦਾ ਜਿਹੜਾ ਤੁਹਾਡਾ ਸਫ਼ਰ, ਤੁਹਾਡੀ ਕੀ ਆਬਜ਼ਰਵੇਸ਼ਨ, ਕਿਉਂਕਿ ਤੁਸੀਂ ਤਾਂ ਆਪ ਇਹ ਸੇਵਾ ਨਿਭਾਉਂਦੇ ਹੈਗੇ ਹੋ, ਕੀ ਚੱਲ ਕੀ ਰਿਹਾ ਪੰਜਾਬ 'ਚ, ਕੀ ਮਾਨਸਿਕਤਾ ਦੇ ਵਿੱਚ ਸਾਡੇ ਇਹ ਨਿਘਾਰ ਜਿਹੜਾ ਆ ਰਿਹਾ ਹੈ ਉਹਦੇ ਪਿੱਛੇ ਕੀ ਕਾਰਨ ਤੁਸੀਂ ਸਮਝਦੇ ਹੋ ਅਤੇ ਕਿਸ ਤਰੀਕੇ ਨਾਲ ਓਵਰ ਦ ਈਅਰਸ ਇਹ ਗ੍ਰਾਫ ਬੈਟਰ ਹੋ ਰਿਹਾ ਜਾਂ ਖਰਾਬ ਹੋ ਰਿਹਾ? ਮੈਚੋਰਿਟੀ ਜੇ ਆਪਾਂ ਦੇਖਿਆ ਜਾਈਏ, ਕਿਉਂਕਿ ਗੁਰਬਾਣੀ ਤੋਂ ਜਿੰਨਾ ਅਸੀਂ ਦੂਰ ਜਾਂਦੇ ਜਾ ਰਹੇ ਹਾਂ ਉਨਾ ਹੀ ਮਟੀਰੀਅਲਿਸਟਿਕ ਹੁੰਦੇ ਗਏ ਜਾ ਰਹੇ ਹਾਂ। ਜਿੰਨਾ ਮਟੀਰੀਅਲਿਸਟਿਕ ਹੋ ਰਿਹਾ ਉਨੀਆਂ ਐਕਸਪੈਕਟੇਸ਼ਨ ਸਾਡੀਆਂ ਬਹੁਤ ਵੱਧ ਰਹੀਆਂ ਹਰੇਕ ਦੇ ਉੱਪਰ, ਹੈ ਨਾ। ਅਤੇ ਐਕਸਪੈਕਟੇਸ਼ਨ ਵਧਣ ਕਰਕੇ ਡਿਪਰੈਸ਼ਨ ਰੇਟ, ਸਟ੍ਰੈਸ ਰੇਟ ਬਹੁਤ ਜ਼ਿਆਦਾ ਵੱਧ ਰਿਹਾ ਅਤੇ ਇਸ 'ਚ ਰੈਗੂਲਰ ਹੀ ਵਾਧਾ ਹੋ ਰਿਹਾ। ਪਹਿਲਾਂ ਜਿਹੜਾ ਰੇਟ ਸੀਗਾ 11%, ਉਹ ਹੁਣ 20% ਨੂੰ ਛੂਹਣ ਜਾ ਰਿਹਾ ਹੈਗਾ ਜਿਹੜਾ ਸਟ੍ਰੈਸ ਰੇਟ ਹੈਗਾ। ਜਿਹੜਾ ਰਿਟਾਰਡੇਸ਼ਨ ਦਾ ਰੇਟ ਆ ਉਹ ਵੀ ਥੋੜ੍ਹਾ ਜਿਹਾ ਕਿਤੇ ਜ਼ਿਆਦਾ ਇਨਕਰੀਜ਼ ਹੋਇਆ, ਬਿਕੋਜ਼ ਸ਼ਾਇਦ ਕੁਛ ਡਰੱਗਸ ਕਰਕੇ ਜਾਂ ਕੁਛ ਘੱਟ ਵਾਇਲੈਂਸ ਕਰਕੇ ਬਹੁਤ ਚੀਜ਼ਾਂ ਇਫੈਕਟ ਕਰ ਰਹੀਆਂ ਹੈਗੀਆਂ, ਜਿਹੜੀਆਂ ਕਿ ਉਹ ਬੱਚੇ 'ਤੇ ਇਫੈਕਟ ਹੋ ਰਿਹਾ ਹੈਗਾ ਇਨਡਾਇਰੈਕਟ। ਅਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਅਸੀਂ ਗੁਰਬਾਣੀ ਦੇ ਨੇੜੇ ਜਾਵਾਂਗੇ ਉਨਾ ਹੀ ਸਾਨੂੰ ਸੂਦਿੰਗ ਇਫੈਕਟ ਮਿਲੇਗਾ ਅਤੇ ਸਾਨੂੰ ਲਾਈਫ ਨੂੰ ਜੀਣ ਦਾ ਕਿੱਦਾਂ ਮੋਰਲ ਵੈਲਿਊਜ਼, ਐਥਿਕ ਵੈਲਿਊਜ਼ 'ਤੇ ਚੱਲਣਾ ਹੈਗਾ, ਪਰਸਨੈਲਿਟੀ ਡਿਵੈਲਪਮੈਂਟ 'ਤੇ, ਇਹ ਸਾਨੂੰ ਗੁਰਬਾਣੀ ਬਹੁਤ ਤਰੀਕੇ ਦੇ ਨਾਲ ਸਮਝਾਉਂਦੀ ਹੈਗੀ ਹੈ। ਅਤੇ ਇਹ ਬਹੁਤ ਜ਼ਰੂਰੀ ਹੈਗਾ ਸਾਡੇ ਪ੍ਰਚਾਰਕਾਂ ਨੂੰ ਕਿ ਉਹਨਾਂ ਨੂੰ ਕਿਸ ਤਰ੍ਹਾਂ ਇੱਧਰ ਵੱਲ ਮੋਲਡ ਕਰਨਾ ਹੈਗਾ ਅਤੇ ਡਰੱਗਸ ਤੋਂ ਇਹ ਚੀਜ਼ ਬਹੁਤ ਬਖੂਬੀ ਸਾਨੂੰ ਦੂਰ ਰੱਖ ਸਕਦੀ ਹੈਗੀ ਹੈ। ਅਤੇ ਜਿਹੜਾ ਸਰਕਾਰੀ ਅਦਾਰਿਆਂ ਵਾਲਾ ਮਤਲਬ ਡਿਊਟੀ ਹੈਗੀ ਆ ਉਹ ਬਹੁਤ ਪਛੜ ਗਈ ਹੈ, ਬਿਕੋਜ਼ ਜਿਹੜੇ ਸਾਡੇ ਕੌਨਸਟੀਟਿਊਸ਼ਨ 'ਚ ਮੈਂਟਲ ਹੈਲਥ ਐਕਟ ਬਣੇ ਹੋਏ ਹੈਗੇ ਆ ਉਸਨੂੰ ਪ੍ਰੋਪਰ ਹਜੇ ਤੱਕ ਇੰਪਲੀਮੈਂਟ ਹੀ ਨਹੀਂ ਕੀਤਾ ਗਿਆ। ਅਤੇ ਜਿਹੜੇ ਇਨਫਰਾਸਟ੍ਰਕਚਰ ਸਰਕਾਰ ਨੇ ਬਣਾਉਣੇ ਸੀਗੇ ਉਹ ਨਹੀਂ ਬਣਾਏ ਗਏ ਹੈਗੇ। ਅਸੀਂ ਵੀ 2012 'ਚ ਹਾਈ ਕੋਰਟ ਗਏ ਸੀਗੇ ਅਤੇ ਕੋਰਟ ਨੇ ਔਨ ਇਟਸ ਓਨ ਮੋਸ਼ਨ ਲੈ ਕੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਬਟ ਫਿਲਹਾਲ ਉਹਦੇ ਕਰਨ ਦੇ ਬਾਵਜੂਦ ਵੀ 3 ਅਦਾਰੇ ਤਾਂ ਖੋਲ੍ਹੇ ਹੈ, ਬਟ ਉੱਥੇ ਐਡਮਿਸ਼ਨਸ ਦਾ ਕ੍ਰਾਈਟੀਰੀਆ ਬੜਾ ਸਖ਼ਤ ਹੈਗਾ। ਅਤੇ ਜਿਹੜਾ ਮੈਂਟਲ ਹੋਸਪਿਟਲ ਆ ਉਹ ਆਲਰੇਡੀ ਉਹ ਸ਼ੋਅ ਕਰਦੇ ਕਿ ਫੁੱਲ ਹੈਗਾ, ਉਹ ਵੀ ਬਹੁਤ ਲੌਂਗ ਪ੍ਰੋਸੀਜਰ ਹੈ, ਰਿਸੈਪਸ਼ਨ ਆਰਡਰ ਕੋਰਟ ਤੋਂ ਬਣਵਾਏਗਾ ਤਾਂ ਕੋਈ ਜਾਏਗਾ। ਜਿਹੜਾ ਡੈਸਟੀਟਿਊਟ ਹੈਗਾ ਸੜਕ 'ਤੇ ਰੁਲ ਗਿਆ ਉਹਦੇ ਪਿੱਛੇ ਕੌਣ ਹੈ ਉਹਨੂੰ ਫੜਨ ਵਾਲਾ ਜਿਹੜਾ ਉਹਨੂੰ ਕੋਰਟ ਲੈ ਜਾਏਗਾ, ਰਿਸੈਪਸ਼ਨ ਆਰਡਰ ਬਣਵਾਏਗਾ ਅਤੇ ਫਿਰ ਉਹਨੂੰ ਉੱਥੇ ਲੈ ਕੇ ਜਾਏਗਾ। ਸੋ ਇਹ ਸਾਰੀ ਬਿਊਰੋਕਰੇਸੀ ਨੂੰ ਪਾਰ ਕਰਕੇ ਤੁਸੀਂ ਜਿਸ ਨੂੰ ਵੀ ਦੇਖਦੇ ਹੋ ਕਿ ਸਹਾਰੇ ਦੀ ਲੋੜ ਹੈ ਉਸ ਦੀ ਤੁਸੀਂ ਇਮਦਾਦ ਕਰਦੇ ਹੋ, ਇਹ ਤਾਂ ਹੋ ਗਈ ਸੇਵਾ ਭਾਵ ਤੋਂ ਤੁਹਾਡੇ 'ਚ। ਲੇਕਿਨ ਕੀ, ਕਿਉਂਕਿ ਜਿਹੜੇ ਵੀ ਇੱਥੇ ਆ ਰਹੇ ਨੇ ਲੋਕ ਉਹਨਾਂ ਨੂੰ ਹਰ ਕਿਸੇ ਦੀ ਨੀਡਸ ਡਿਫਰੈਂਟ ਨੇ, ਜਿਸ ਤਰ੍ਹਾਂ ਤੁਸੀਂ ਮੈਂਟਲੀ ਰਿਟਾਰਡਡ ਦੀ ਗੱਲ ਕੀਤੀ ਜਾਂ ਫਿਜ਼ੀਕਲੀ ਚੈਲੇਂਜ ਦੀ ਗੱਲ ਕੀਤੀ, ਸੋ ਕੀ ਤੁਹਾਡੇ ਕੋਲ ਪ੍ਰੋਫੈਸ਼ਨਲਸ ਵੀ ਹੈਗੇ ਨੇ ਉੱਥੇ ਜਿਹੜੇ ਕਿ ਸਹੀ ਤਰੀਕੇ ਨਾਲ ਉਹਨਾਂ ਦੀ ਗਾਈਡੈਂਸ ਕਰਕੇ ਉਹਨਾਂ ਦੀ ਜਿਹੜੀ ਕਹਿੰਦੇ ਨੇ ਕਿ ਦਵਾਈਆਂ ਅਤੇ ਨਾਲ ਉਸ ਤੋਂ ਇਲਾਵਾ
ਸਾਰਾ ਕੁਝ ਪ੍ਰੋਫੈਸ਼ਨਲ ਐਕਸਪਰਟਿਜ਼ ਦੇ ਨਾਲ ਉਹਨਾਂ ਦੀ ਮਦਦ ਕਰਦੇ ਨੇ? ਮੋਸਟ ਪ੍ਰੋਬੇਬਲੀ ਵੀ ਟ੍ਰਾਈ ਆਰ ਬੈਸਟ। ਸਾਡੇ ਕੋਲ ਸਾਈਕੈਟ੍ਰਿਸਟ ਹੈਗੇ ਆ, ਮੈਡੀਸਨ ਦੇ ਡਾਕਟਰ ਹੈਗੇ ਆ, ਗਾਇਨਾਕੋਲੋਜਿਸਟ ਹੈਗੇ ਆ, ਫਿਜ਼ੀਓਥੈਰੇਪਿਸਟ ਹੈਗੇ ਆ, ਕਾਉਂਸਲਰ ਹੈਗੇ ਆ, ਅਤੇ ਨਰਸਿੰਗ ਸਟਾਫ ਹੈਗਾ ਜਿਹੜਾ ਕਿ ਉਹਨਾਂ ਨੂੰ ਕੇਅਰ ਕਰਦਾ ਹੈਗਾ। ਬਟ ਜਿਹੜੇ ਡਾਕਟਰਸ ਹੈਗੇ ਆ ਉਹ ਅਸੀਂ ਪਾਰਟ ਟਾਈਮ ਹੀ ਹਜੇ ਹਾਇਰ ਕਰ ਪਾ ਰਹੇ ਹੈਗੇ ਹਾਂ। ਸਾਨੂੰ ਰੈਗੂਲਰ ਹੋਰ ਸਾਈਕੈਟ੍ਰਿਸਟ ਦੀ ਲੋੜ ਹੈ, ਕਿਉਂਕਿ ਸਾਡੇ ਕੋਲ ਜਿਵੇਂ ਮੈਂ ਦੱਸਿਆ 405 ਤੋਂ ਉੱਪਰ ਪੇਸ਼ੈਂਟ ਹੈਗੇ ਆ, ਅਤੇ ਵਾਰੀ ਨਹੀਂ ਆਉਂਦੀ ਪ੍ਰੋਪਰ ਉਹਨਾਂ ਦੀ, ਅਤੇ ਇਸ ਕਰਕੇ ਬਾਕੀ ਸਾਡੇ ਕੋਲ 5 ਐਂਬੂਲੈਂਸਿਸ ਹੈਗੀਆਂ ਸਿਰੀ ਤਿੰਨੋਂ ਬ੍ਰਾਂਚਿਸ ਵਿੱਚ, ਜਿਹੜੀਆਂ ਕਿ ਟੂ ਐਂਡ ਫਰੋ ਅਲੱਗ ਅਲੱਗ ਹੋਸਪਿਟਲਸ ਜਾ ਕੇ ਉਹਨਾਂ ਦੀ ਉੱਥੇ ਐਡਮਿਸ਼ਨ ਕਰਵਾ ਕੇ ਈਵਨ ਕਿ ਟ੍ਰੀਟਮੈਂਟ ਕਰ ਰਹੀ ਹੈਗੀ ਆ। ਬਟ ਦੈਨ ਆਲਸੋ ਵੀ ਨੀਡ ਅ ਲੋਟ ਟੂ ਵਰਕ ਔਨ ਦੈਟ। ਹਜੇ ਸਾਡੇ ਕੋਈ ਡਾਇਗਨੋਸਟਿਕ ਸੈਂਟਰ ਨਹੀਂ ਹੈਗਾ, ਐਗਰੈਸਿਵ ਵਾਇਲੈਂਟ ਪੇਸ਼ੈਂਟਸ ਲਈ ਅਲੱਗ ਵਿੰਗਸ ਚਾਹੀਦੇ ਹੈਗੇ ਆ, ਉਹ ਨਹੀਂ ਹੈਗੇ। ਜਿਹੜੇ ਹੁਣ ਬੱਚਿਆਂ ਲਈ ਅਸੀਂ ਜ਼ਰੂਰ ਅਲੱਗ ਵਿੰਗ ਬਣਾ ਲਏ ਹਾਂ, ਜਿਹੜੇ ਕਿ ਹਜੇ ਇਨਫਰਾਸਟ੍ਰਕਚਰ ਥੋੜ੍ਹਾ ਥੋੜ੍ਹਾ ਹਜੇ ਕੰਪਲੀਟ ਕਰਨ ਵਾਲਾ ਹੈਗਾ, ਜਲਦੀ ਉਹ ਹੋ ਜਾਏਗਾ। ਲੇਕਿਨ ਬਜ਼ੁਰਗਾਂ ਲਈ ਅਲੱਗ ਘਰ ਚਾਹੀਦੇ ਆ, ਕਿਉਂਕਿ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਅਲੱਗ ਅਲੱਗ ਮਤਲਬ ਪ੍ਰੋਬਲਮਸ ਹੈਗੀਆਂ। ਕੋਈ ਤਾਂ ਫਿਜ਼ੀਕਲੀ ਹੈਂਡੀਕੈਪ ਹੈ, ਮੈਂਟਲੀ ਨੋਰਮਲ ਹੈਗਾ। ਜਿਹੜਾ ਮੈਂਟਲੀ ਨੋਰਮਲ ਹੈਗਾ ਉਹਨੂੰ ਜਿਹੜੇ ਮੈਂਟਲੀ ਸਟ੍ਰੈਸ ਡਿਪਰੈਸ਼ਨ ਸਾਡੇ ਕੋਲ 85% ਹੈਗੇ ਆ, ਉਹਨਾਂ ਵਿੱਚ ਰਹਿਣਾ ਬਹੁਤ ਮੁਸ਼ਕਲ ਹੈਗੀ ਆ। ਫਿਰ ਜਿਹੜੇ MR ਕੈਟੇਗਰੀ ਹੈਗੀ ਆ ਅਤੇ ਮੈਂਟਲੀ ਇਲ ਕੈਟੇਗਰੀ ਹੈ, ਇਹਨਾਂ ਨੂੰ ਦੋਨਾਂ ਨੂੰ ਅਲੱਗ ਕਰਕੇ ਅਲੱਗ ਲੋੜ ਹੈਗੀ ਆ, ਇਹਨਾਂ ਦੀਆਂ ਨੀਡਸ ਅਲੱਗ ਹੈਗੀਆਂ ਦੋਨਾਂ ਦੀਆਂ। ਅਤੇ ਸਪੈਸ਼ਲ ਐਜੂਕੇਸ਼ਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਲਈ ਅਲੱਗ ਸਕੂਲ ਦੀ ਲੋੜ ਹੈਗੀ ਆ। ਉਹ ਫਿਲਹਾਲ ਅਸੀਂ ਵਿੱਚ ਹੀ 3 ਟੀਚਰਸ ਹਾਇਰ ਕਰਕੇ ਸ਼ੁਰੂ ਕੀਤਾ ਹੋਇਆ ਵੋਕੇਸ਼ਨਲ ਟ੍ਰੇਨਿੰਗ। ਤੁਹਾਡੇ ਹੈਗੇ ਨੇ ਕਿ ਸਾਰਾ ਕੁਝ ਵੋਕੇਸ਼ਨਲ ਟ੍ਰੇਨਿੰਗ ਅਤੇ ਸੈਗਰੀਗੇਟ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਸਹੀ ਜਿਹੜਾ ਹੈਗਾ? ਹਾਂਜੀ, ਬੇਸਿਕ ਲੈਵਲ ਤੇ ਵੀ ਆਰ ਵਰਕਿੰਗ ਔਨ ਇਟ। ਸਾਡੇ ਕੋਲ 4 ਟੀਚਰ ਵੋਕੇਸ਼ਨਲ ਚ ਹੈਗੇ ਆ, 3 ਟੀਚਰ ਸਪੈਸ਼ਲ ਐਜੂਕੇਸ਼ਨ ਚ, ਤੇ ਕੋਚ ਹੈਗੇ ਆ ਜਿਹੜੇ ਕਿ ਇਹਨਾਂ ਸਪੈਸ਼ਲ ਓਲੰਪਿਕਸ ਲਈ ਤਿਆਰ ਕਰਦੇ ਆ, ਇਵਨ ਕਿ ਉਹ ਜਿੱਤ ਕੇ ਵੀ ਆ ਰਹੇ ਹੈਗੇ ਆ ਰੈਗੂਲਰ। ਤੇ ਬਟ ਹਜੇ ਵੀ ਮਤਲਬ ਇਹਨਾਂ ਨੂੰ ਵੱਡਾ ਇਨਫਰਾਸਟ੍ਰਕਚਰ ਜਿਹੜਾ ਪ੍ਰੋਪਰਲੀ ਇਹਨਾਂ ਤੇ ਵਰਕ ਕਰ ਸਕੇ, ਦੈਟ ਵੀ ਨੀਡ। ਬਟ ਫॉर दैट ਯੂ ਨੀਡ ਦ ਸਪੋਰਟ ਆਫ ਦ ਪੀਪਲ ਐਂਡ ਆਫ ਕੋਰਸ ਲੋਕਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਪੋਸੀਬਲ ਹੁੰਦਾ ਹੈਗਾ। ਭਾਜੀ, ਕਿੰਨਾ ਕੁ ਤੁਹਾਡਾ ਖਰਚਾ ਮਹੀਨੇ ਦਾ ਹੈਗਾ? ਤੇ ਖਾਸ ਤੌਰ ਤੇ ਇੱਥੇ ਜਿਹੜੇ ਮੁਲਕਾਂ 'ਚ ਅਸੀਂ ਵਸ ਰਹੇ ਹਾਂ, ਗੁਰੂ ਦੀ ਬੜੀ ਬਖਸ਼ਿਸ਼ ਹੈਗੀ ਸਭ ਦੇ ਉੱਤੇ, ਅਤੇ ਕੀ ਇਹ ਵੀ ਕੋਈ ਤੁਸੀਂ ਪ੍ਰੋਜੈਕਟ ਕੋਈ ਲਾਂਚ ਤੁਹਾਡਾ ਜਾਂ ਕੋਈ ਪ੍ਰੋਸੈਸ ਹੈਗਾ ਜਿਹਦੇ ਨਾਲ ਕਿ ਫੋਰ ਐਗਜ਼ਾਮਪਲ ਇੱਕ ਵਿਅਕਤੀ ਨੂੰ ਤੁਸੀਂ ਸਪੋਂਸਰ ਕਰ ਸਕਦੇ ਹੋ? ਜਿਸ ਤਰ੍ਹਾਂ ਅਸੀਂ ਇੱਥੇ ਕਈ ਔਰਗਨਾਈਜੇਸ਼ਨ ਜਿਹੜੇ ਕਿ ਬੱਚਿਆਂ ਨੂੰ ਸਪੋਰਟ ਕਰਦੇ ਨੇ, ਉੱਥੇ ਐਜੂਕੇਸ਼ਨ ਦੇ ਪੱਖ ਤੋਂ $35 ਮਹੀਨੇ ਦੇ ਨਾਲ ਇੱਕ ਬੱਚੇ ਨੂੰ ਤੁਸੀਂ ਐਜੂਕੇਸ਼ਨ ਪ੍ਰੋਵਾਈਡ ਕਰ ਸਕਦੇ ਹੋ, ਕੋਈ ਤੁਹਾਡਾ ਵੀ ਇਸ ਤਰ੍ਹਾਂ ਦਾ ਕੋਨਸੈਪਟ ਹੈਗਾ ਜੀ? ਹਾਂਜੀ, ਬਿਕੋਜ਼ ਸਾਡੇ ਕੋਲ ਮੋਸਟਲੀ ਕ੍ਰਿਟੀਕਲ ਪੇਸ਼ੈਂਟਸ ਹੋਣ ਕਰਕੇ ਉਹਨਾਂ ਦਾ ਟ੍ਰੀਟਮੈਂਟ ਜ਼ਿਆਦਾ ਸਾਨੂੰ ਸਪੋਂਸਰ ਕਰਨ ਦੀ ਲੋੜ ਹੁੰਦੀ ਹੈਗੀ ਆ। ਅਤੇ ਹਰੇਕ ਕੋਈ 2500 to 3500 ਰੁਪਏ ਅਲੱਗ ਅਲੱਗ ਪੇਸ਼ੈਂਟਸ ਦੇ, ਕਿਉਂਕਿ ਉਹਨਾਂ ਦੀ ਕ੍ਰਿਟੀਕਲ ਹਾਲਤ ਦੇ ਹਿਸਾਬ ਨਾਲ ਪਰ ਮੰਥ ਹਾਂਜੀ ਹਾਂਜੀ ਕਰ ਸਕਦਾ ਹੈਗਾ। ਬਿਕੋਜ਼ ਉਹਨਾਂ ਦੀ ਰੈਗੂਲਰ ਸਾਈਕੈਟ੍ਰਿਕ ਟ੍ਰੀਟਮੈਂਟ ਚੱਲਦਾ ਹੈਗਾ, ਮਾਰਨਿੰਗ ਈਵਨਿੰਗ ਮੈਡੀਸਨ ਚੱਲਦੀਆਂ, ਦੋਜ਼ ਆਰ ਕੋਸਟਲੀ। ਅਤੇ ਮੰਥਲੀ ਤੁਹਾਡਾ ਐਕਸਪੈਂਡੀਚਰ ਕਿੰਨਾ ਕੁ ਹੈਗਾ? ਸਾਡਾ ਇੱਕ ਦਿਨ ਦਾ 1 ਲੱਖ ਤੋਂ ਉੱਪਰ ਦਾ ਖਰਚਾ ਹੈਗਾ, ਅਤੇ ਮੰਥਲੀ ਉਹੀ 35-40 ਲੱਖ ਸਾਡਾ ਹੋ ਜਾਂਦਾ ਹੈਗਾ। ਅਤੇ ਬਾਕੀ ਹੋਰ ਜਿਵੇਂ ਇਨਫਰਾਸਟ੍ਰਕਚਰ ਤਿਆਰ ਕਰਨਾ, ਪਰਚੇਸ ਕਰਨੀ ਸੀ ਲੈਂਡ ਨਾਲ, ਅਤੇ ਇਹਨਾਂ 'ਤੇ ਵੀ ਕਾਫੀ ਜ਼ਿਆਦਾ ਖਰਚਾ ਹੋ ਰਿਹਾ, ਖਾਸ ਕਰਕੇ ਕੰਸਟਰਕਸ਼ਨ ਸਾਡੀ ਬਹੁਤ ਜ਼ਿਆਦਾ ਕੋਸਟਲੀ ਉੱਥੇ ਚੱਲ ਰਹੀ ਹੈਗੀ। ਤੁਹਾਡੀ ਵੈਬਸਾਈਟ ਜਾਂ ਕੋਈ ਫੋਨ ਜਿਹੜਾ ਇੰਡੀਆ ਦਾ ਜਦੋਂ ਕੋਈ ਆਏ ਦੇਖਣਾ ਚਾਹੇ ਉੱਥੇ, ਜਾਂ ਕੋਈ ਵੈਬਸਾਈਟ ਤੋਂ ਜਾ ਕੇ ਇਨਫੋਰਮੇਸ਼ਨ ਲੈਣੀ ਚਾਹੇ, ਕਿਹੜੀ ਹੈਗੀ ਜੀ? ਸਾਡੀ ਹੈਗੀ ਹੈ prabasra.org ਅਤੇ prabasra.ca। prabasra.ca ਕੈਨੇਡਾ 'ਚ ਹੈਗੀ ਹੈ, ਪੇਪਾਲ ਅਕਾਊਂਟ, ਇਸ 'ਤੇ ਔਨਲਾਈਨ ਆਪ ਪੇਮੈਂਟ ਕਰ ਸਕਦੇ ਹੈਗੇ ਹਾਂ। ਅਤੇ ਇਸ ਤੋਂ ਇਲਾਵਾ ਤੁਸੀਂ prabasra.org 'ਤੇ ਵੀ FCRA ਅਕਾਊਂਟ ਹੈਗਾ ਫੋਰਨ ਕੰਟਰੀਬਿਊਟਰਸ ਲਈ, ਤੁਸੀਂ ਉੱਥੇ ਜਾ ਕੇ ਲੌਗਇਨ ਕਰ ਸਕਦੇ ਹੈਗੇ ਹਾਂ। ਹੋਰ ਵੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਰੈਗੂਲਰ ਅਪਡੇਟ ਰਹਿਣਾ ਚਾਹੁੰਦੇ ਹੋ, ਫੇਸਬੁੱਕ 'ਤੇ ਪੇਜ ਬਣਿਆ ਹੋਇਆ prabasra ਹੋਮ ਫੋਰ ਡੈਸਟੀਟਿਊਟ, ਆਪ ਰੈਗੂਲਰ ਜਾ ਕੇ ਉੱਥੇ ਜੇ ਜੁਆਇਨ ਕਰੋ ਤਾਂ ਆਪ ਨੂੰ ਰੈਗੂਲਰ ਅਪਡੇਸ਼ਨਸ ਮਿਲਣਗੀਆਂ। ਇਸ ਤੋਂ ਇਲਾਵਾ ਇੰਡੀਆ ਦਾ ਫੋਨ ਨੰਬਰ ਹੈਗੇ ਆ 9915083793, 9915083793, ਇਸ 'ਤੇ ਵਟਸਐਪ ਵੀ ਚੱਲਦਾ ਹੈ, ਅਤੇ ਈਵਨ ਕਿ ਤੁਸੀਂ ਕਾਲ ਕਰਕੇ ਇੰਡੀਆ ਗੱਲਬਾਤ ਕਰ ਸਕਦੇ ਹੈਗੇ ਆ। ਇੱਕ ਕੈਨੇਡਾ ਦਾ ਨੰਬਰ ਹੈ ਜਿਹੜਾ ਥੋੜ੍ਹੇ ਦਿਨਾਂ ਲਈ ਬੰਦ ਰਹੇਗਾ, ਲੇਕਿਨ ਉਸ ਤੋਂ ਬਾਅਦ ਫਿਰ ਟੋਰੋਂਟੋ ਸਰਦਾਰ ਸਾਹਿਬ ਪਹੁੰਚ ਰਹੇ ਹੈਗੇ, ਉਸ ਤੋਂ ਬਾਅਦ ਫਿਰ ਰੈਗੂਲਰ ਇਹ ਚੱਲਦਾ ਰਹੇਗਾ। 6476 6576। ਠੀਕ ਹੈ ਜੀ, ਭੈਣ ਜੀ ਤੁਹਾਡਾ ਬਹੁਤ ਧੰਨਵਾਦ। ਇਹ ਗੁਰੂ ਦੀ ਕਹਿੰਦੇ ਨੇ ਜੀ, ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਇਹ ਕੋਨਸੈਪਟ ਜਿਹੜਾ ਸਾਡੇ ਗੁਰੂ ਨੇ ਸਾਨੂੰ ਸਿਖਾਇਆ, ਉਸ ਦੇ ਉੱਤੇ ਤੁਸੀਂ ਇਹ ਸਾਰਾ ਕੁਝ ਕੰਮ ਕਰ ਰਹੇ ਹੋ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜੀ ਭੈਣ ਜੀ ਨੇ ਅੱਜ ਗੱਲਬਾਤ ਕੀਤੀ ਹੈਗੀ ਹੈ, prabasra ਦੀ ਇਹ ਜੋ ਸਕਰੀਨ ਦੇ ਉੱਤੇ ਵੈਬਸਾਈਟਸ ਹੈਗੀਆਂ ਨੇ, ਉੱਥੇ ਜਾ ਕੇ ਜ਼ਰੂਰ ਦੇਖੀਏ ਜੋ ਸਾਡੇ 'ਤੇ ਗੁਰੂ ਨੇ ਜੋ ਬਖਸ਼ਿਸ਼ ਕੀਤੀ ਹੈ।
ਅਸੀਂ ਵੀ ਜ਼ਰੂਰ ਕਿਸੇ ਦੀ ਹਮਾਇਤ, ਕਿਸੇ ਦੀ ਮਦਦ ਕਰਨ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਈਏ। ਤੁਸੀਂ ਵੈਬਸਾਈਟ 'ਤੇ ਜਾ ਕੇ ਸਾਰੇ ਇਹਨਾਂ ਦੇ ਪ੍ਰੋਜੈਕਟਸ ਦੇਖ ਸਕਦੇ ਹੋ, ਤਾਂ ਜਿੱਥੇ ਵੀ ਚਾਹੋ ਇਹਨਾਂ ਦੀ ਮਦਦ ਕਰਨ ਲਈ ਜ਼ਰੂਰ ਅੱਗੇ ਆਓ, ਕਿਉਂਕਿ ਨੇਕ ਕੰਮ ਜਿੱਥੇ ਵੀ ਹੁੰਦਾ ਸਾਡਾ ਫਰਜ਼ ਬਣਦਾ ਐਜ਼ ਇਨਸਾਨ ਕਿ ਅਸੀਂ ਵੀ ਅੱਗੇ ਮੋਢੇ ਨਾਲ ਮੋਢਾ ਜੋੜ ਕੇ ਜ਼ਰੂਰ ਕੰਟਰੀਬਿਊਟ ਕਰੀਏ।